ਅਸੀਂ ਤਾਂ ਆਪਦਾ ਜਿੰਨਾ ਚਿਰ ਅਦੋਲਣਾ ਹੋਏ ਚਲਾਵਾਂਗੇ। ਚੋਰ ਤਾਂ ਹੈਗੇ ਹੀ, ਉਹ ਚੋਰ ਹੀ ਹੈ, ਪਹਿਲੇ ਹੀ ਚੋਰ ਹੈ, ਹੁਣ ਵੀ ਭੱਜਣਗੇ। ਅੱਜ ਤਾਂ ਅਸੀਂ ਥੋੜੀ ਗਿਣਤੀ ਚ ਆਏ ਆ, ਆਉਣ ਵਾਲੇ ਦਿਨਾਂ 'ਚ ਅਸੀਂ ਗਿਣਤੀ ਵਧਾ ਕੇ ਇਹਨਾਂ ਨੂੰ ਕਿਸੇ ਵੀ ਹਾਲਤ 'ਚ ਪੰਜਾਬ 'ਚ ਵੜਨ ਨਹੀਂ ਦੇਵਾਂਗੇ। ਵੱਡੀ ਖਬਰ ਬੀਜੇਪੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦਰਅਸਲ ਭਾਜਪਾ ਦੇ ਪ੍ਰਧਾਨਾਂ ਨੂੰ ਨਗਰ ਨਿਗਮ ਚੋਣਾਂ ਦੇ ਚੱਲਦਿਆਂ ਵਰਕਰਾਂ ਨਾਲ ਮੀਟਿੰਗਾਂ ਕਰਨੀਆਂ ਮਹਿੰਗੀਆਂ ਪੈਂਦੀਆਂ ਦਿਖਾਈ ਦੇ ਰਹੀਆਂ ਨੇ, ਕਿਉਂਕਿ ਹਰ ਦਿਨ ਭਾਜਪਾ ਪ੍ਰਧਾਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ ਕੀਤਾ ਗਿਆ ਅਤੇ ਮੀਟਿੰਗ ਵਾਲੀ ਜਗ੍ਹਾ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ। ਚਾਹੇ ਆਉਣ ਚਾਹੇ ਨਾ ਆਉਣਾ, ਅਸੀਂ ਤਾਂ ਆਪਦਾ ਜਿੰਨਾ ਚਿਰ ਅਦੋਲਣਾ ਉਹ ਚਲਾਵਾਂਗੇ। ਆ ਗਿਆ ਉਦੋਂ ਵਧੀਆ, ਜੇ ਭੱਜ ਗਿਆ ਤਾਂ ਫਿਰ ਵਧੀਆ। ਚੋਰ ਤਾਂ ਹੈਗਾ ਹੀ, ਉਹ ਚੋਰ ਹੀ ਹੈ, ਪਹਿਲਾਂ ਹੀ ਚੋਰ ਹੈ, ਹੁਣ ਵੀ ਭੱਜਣਗੇ ਹੀ, ਸਾਨੂੰ ਪਤਾ ਹੈ। ਨਹੀਂ ਉਹ ਫਿਰ ਅਸੀਂ ਬੈਠੇ ਹਾਂ, ਜਿੰਨਾ ਚਿਰ ਸਾਨੂੰ ਹਤਾਇਤ ਉਹਨਾਂ ਚਿਰ ਬੈਠੇ ਹਾਂ। ਜੇ ਇਹ ਆਪਦੀ ਅਫਸਰਾਂ ਦਾ ਉਹ ਕਰਦੇ ਹੈ, ਅਸੀਂ ਆਪਦੇ ਅਫਸਰਾਂ ਦੀ ਪਾਲਣਾ ਕਰਦੇ ਹਾਂ। ਜੇ ਕਾਨੂੰਨ ਜਿਹੇ ਜੇ ਸਾਨੂੰ ਸੱਦਾ ਉਹ ਜਿਹੇ ਸਿਆਖਦੇ ਹਾਂ। नाम मेरा दर्शन सिंह मैसरखाना जी, भारतीय किसान यूनियन एकता गुराहा का जिला सकत्र हाँ मैं। तो अज असी सानू पता लग्या सी वी इत्थे कोई वो जिहड़ा अशमनी शर्मा इन्हां दा सूबा प्रधान, उहने इस पैलस च आउणा सी, असी उहदा विरोध करन वास्ते आए होए आ। तो दिन छिप चलिया, वो अजे तक आया नहीं, असी उवें दे उवें डटे हाँ। तो जिन्ना चिर वो आउंदा नहीं, असी इत्थे उन्ना चिर बैठांगे। तो उहनूं किसे हालत च वी असी मौज नाल इत्थों ਆਪਦੀ ਮੀਟਿੰਗ ਕਰਕੇ ਮੋੜ ਨਹੀਂ ਦੇਵਾਂਗੇ, ਅਸੀਂ ਉਹਦਾ ਡਟਵਾਂ ਵਿਰੋਧ ਕਰਾਂਗੇ। ਦੇਖੋ ਉਹਨਾਂ ਨੇ ਆਪਦਾ ਕੰਮ ਕਰਨਾ, ਅਸੀਂ ਆਪਦਾ ਕੰਮ ਕਰਾਂਗੇ। ਜੋ ਉਹਨਾਂ ਨੇ ਕਰਨਾ ਉਹ ਆਪਦਾ ਕਰਨਗੇ, ਅਸੀਂ ਆਪਦਾ ਜੋ ਵਿਰੋਧ ਕਰਨਾ ਅਸੀਂ ਵਿਰੋਧ ਕਰਾਂਗੇ। ਹਾਂਜੀ, ਦੇਖੋ ਅਸੀਂ ਇਦੋਂ ਗਾਹਾਂ ਉਦੋਂ ਡਟਵਾਂ ਵਿਰੋਧ ਵੱਧ ਕਰਾਂਗੇ, ਕਿਉਂਕਿ ਅੱਜ ਤਾਂ ਅਸੀਂ ਥੋੜ੍ਹੀ ਗਿਣਤੀ 'ਚ ਆਏ ਹਾਂ, ਆਉਣ ਵਾਲੇ ਦਿਨਾਂ 'ਚ ਅਸੀਂ ਗਿਣਤੀ ਵਧਾ ਕੇ ਇਹਨਾਂ ਨੂੰ ਕਿਸੇ ਵੀ ਹਾਲਤ 'ਚ ਪੰਜਾਬ 'ਚ ਵੜਨ ਨਹੀਂ ਦੇਵਾਂਗੇ। ਦੇਖੋ ਪੁਲਿਸ ਨੇ ਆਪਦਾ ਕੰਮ ਕਰਨਾ, ਅਸੀਂ ਆਪਦਾ ਕੰਮ ਕਰਦੇ ਰਹਾਂਗੇ। ਅੱਗੇ ਕਿਹੜਾ ਪੁਲਿਸ ਨੇ ਕਈ ਵਾਰੀ ਬੈਰੀਗੇਟ ਨਹੀਂ ਲਾਏ ਅਤੇ ਅਸੀਂ ਤੋੜੇ ਨਹੀਂ, ਉਹਨਾਂ ਨੇ ਆਪਦੇ ਬੈਰੀਗੇਟ ਲਾਉਣੇ ਆ, ਕਿਉਂਕਿ ਉਹਨਾਂ ਦੀ ਨੌਕਰੀ ਦਾ ਮਾਮਲਾ, ਉਹਨਾਂ ਨੇ ਆਪਦਾ ਹੁਕਮ ਮੰਨਣਾ। ਅਸੀਂ ਆਪਦਾ ਲੋਕਾਂ ਦਾ ਜਾਣੀ ਇਕੱਠ ਹੈ, ਜਿਹੜਾ ਲੋਕਾਂ ਦੀ ਸ਼ਕਤੀ ਹੈ ਇਹ, ਕਿਉਂਕਿ ਜਿਹੜੀ ਭਾਜਪਾ ਸਰਕਾਰ ਹੈ ਉਹਨੇ ਅੱਜ ਸਾਡੇ ਉਹ ਜਿਹੜੇ ਖੇਤੀ ਕਾਨੂੰਨ ਆ, ਜਿਹੜੇ ਖੇਤੀ ਦਾ ਗਲ ਘੁੱਟਦੇ ਆ, ਲੋਕਾਂ ਦਾ ਗਲ ਘੁੱਟਦੇ ਆ, ਉਹ ਲੈ ਕੇ ਆਏ ਆ, ਉਹਦਾ ਵਿਰੋਧ ਕਰਦੇ ਆ। ਦਿੱਲੀ 'ਚ ਲੱਗਿਆ ਹੋਇਆ ਵੱਡਾ ਮੋਰਚਾ, ਅਤੇ ਅਸੀਂ ਪੰਜਾਬ 'ਚ ਵੀ ਉਹਨਾਂ ਨੂੰ ਕਿਸੇ ਹਾਲਤ 'ਚ ਬਣ ਨਹੀਂ ਦੇਵਾਂਗੇ। ਦੱਸ ਦਈਏ ਕਿ ਵਿਰੋਧ ਤੋਂ ਬਾਅਦ ਭਾਜਪਾ ਲੀਡਰਾਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ। ਖੇਤੀ ਕਾਨੂੰਨਾਂ ਦੇ ਚੱਲਦਿਆਂ ਕਿਸਾਨ ਆਪਣੀ ਜਿੱਤ ਤੇ ਅੜੇ ਹੋਏ ਨੇ ਕਿ ਜਦੋਂ ਤੱਕ ਸਰਕਾਰ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਹਨਾਂ ਸਮਾਂ ਸਾਡਾ ਅੰਦੋਲਨ ਜਾਰੀ ਰਹੇਗਾ ਅਤੇ ਨਾਲ ਹੀ ਭਾਜਪਾ ਲੀਡਰਾਂ ਦਾ ਘਿਰਾਓ ਵੀ ਚੱਲਦਾ ਰਹੇਗਾ। ਬਠਿੰਡਾ ਤੋਂ ਪਰਮਜੀਤ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।